सत श्री अकाल दोस्तों, मैं थोड़ा अपना रविंदर सिंह देव। दोस्तों तुसी देख रहे हो साडा यूट्यूब चैनल सीबिया हार्ट सेंटर। सो असी तुहाडे नाल वादा कीता सी कि असी वख-वख तरह के जो मैडिकल नाल रिलेटिड ने वो वीडियो तुहाडे तक पहुँचाते रहांगे। सो अज साडे नाल ने जी डॉक्टर परमिंदर सिंह, जो कि DMC के हैड ऑफ प्रोफेसर भी ने ते शुगर ते हारमोनस के माहर ने। सो उन्हां नाल आपां गलबात करांगे, जाणांगे अज आपां उन्हां तों कि तुहानू पता ही है जिवें कि कोरोना की महामारी किवें चल रही है, उहदे रिलेटिड शुगर के पेशेंट ने जिहड़े उन्हां दे उपर किन्ना असर करदी है। सो आपां इन्हां दी पूरी जानकारी लवांगे, तुहाडे तक पूरी जानकारी पहुँचावांगे। सो आओ आपां मिलदे हां डॉक्टर परमिंदर सिंह। सत श्री अकाल सर। सत श्री अकाल। सो डॉक्टर परमिंदर सिंह साडे नाल ने जी, आपां उन्हां तों सब तों पहलां इह पुछदे हां डॉक्टर साहब, तुसीं साडे दर्शकां नूं इह दस्सो कि जिहड़ा शुगर के पेशेंट ने उन्हां दे उपर कोरोना का जिहड़ा असर है उह किन्ना कु हो रिहा है? देखो कोरोना महामारी है, आपां सारे नूं पता है जी, सारी पापूलेशन अफैक्ट करती है, पर यह देखा गया है जी शुगर के मरीजों को ज्यादा अफैक्ट करती है एंड उन्हां दी मोर्टैलिटी भी ज्यादा, उन्हां दी मॉर्बिडिटी मोर्टैलिटी मोर्टैलिटी मतलब के भी डेथ भी ज्यादा होंदी हैगी है। डिजीज काफी सीरियस रूप धारण कर लैंदी है जे शुगर होए तां। सो इस करके कोरोना तो बचन लई सब नाल ज्यादा इंपोर्टेंट है भी आपां डिस्टेंस बना के रखिए, मास्क पा के रखिए, एंड जे कोई शक्की व्यक्ति है जिन्हों थोड़ा बहुत बुखार है या नक बगदा है तो आपां जरूर डिस्टेंस मेंटेन करना चाहिए हैगा, क्योंकि शुगर वाले मरीज, एक हार्ट के मरीज, हाइपरटेंशन के मरीज, ओल्ड एज या तुहानूं कोई होर प्रॉब्लम्स हैगियां क्रॉनिक प्रॉब्लम्स, तां तुहानूं ज्यादा रिस्क है, उहदे नाल डेथ भी हो सकती है। सो आपां नूं ज्यादा ख्याल रखना पैणा हैगा। डॉक्टर साहब एक सवाल इहदी मन दे विच आउंदा है कि जिहड़ा अपना COVID-19 ट्रीटमेंट है उहदे नाल शुगर दे उपर कोई असर पैंदा है? बिल्कुल दुरुस्त पुछिया तुसीं जी, यह देखा गया है क्योंकि काफी सारिया दवाइया असीं जिहड़ियां कोविड लई यूज करदे आ ਉਹਨਾਂ ਦਾ ਉਹਨਾਂ ਨਾਲ ਸ਼ੂਗਰ ਦਾ ਲੈਵਲ ਵੱਧ ਜਾਂਦਾ ਹੈਗਾ, ਐਂਡ ਜਿਹੜੇ ਬੰਦੇ ਗੋਲੀਆਂ ਲੈ ਰਹੇ ਆ ਸ਼ਾਇਦ ਉਹਨਾਂ ਨੂੰ ਇਨਸੁਲਿਨ ਦੇ ਟੀਕੇ ਦੀ ਜ਼ਰੂਰਤ ਪਵੇ, ਜਿਹੜੇ ਬੰਦੇ ਇਨਸੁਲਿਨ ਲੈ ਰਹੇ ਆ ਸ਼ਾਇਦ ਉਹਨਾਂ ਨੂੰ ਇਨਸੁਲਿਨ ਦੀ ਜ਼ਿਆਦਾ ਮਾਤਰਾ ਲੈਣੀ ਪਵੇ ਜਾਂ ਟੀਕੇ ਨੂੰ ਵਧਾਉਣਾ ਪਵੇ, ਰਾਈਟ, ਜੇ ਇੱਕ ਟੀਕਾ ਲੈ ਰਹੇ ਸ਼ਾਇਦ ਆਪਾਂ 2 ਜਾਂ 3 ਵਾਰੀ ਟੀਕਾ ਲੈਣਾ ਪਵੇ, ਕਿਉਂਕਿ ਇੱਕ ਸਟੀਰਾਇਡ ਆਮ ਆਪਾਂ ਸੁਣਦੇ ਹਾਂ, ਸਟੀਰਾਇਡ ਵੀ ਯੂਜ਼ ਹੁੰਦੇ ਹੈਗੇ ਆ ਕੋਵਿਡ ਦੀ ਟ੍ਰੀਟਮੈਂਟ ਲਈ, ਉਹਨਾਂ ਸ਼ੂਗਰ ਦਾ ਲੈਵਲ ਕਾਫੀ ਵੱਧ ਜਾਂਦਾ ਐਂਡ ਸ਼ੂਗਰ ਦਾ ਲੈਵਲ ਆਪਾਂ ਕਰੋਨਾ ਠੀਕ ਠੀਕ ਕਰਦੇ ਕਰਦੇ ਸ਼ੂਗਰ ਹਾਈ ਕਰਕੇ ਵੀ ਹਰ ਸਾਲ ਪਹੁੰਚੀ, ਉਹ ਵੀ ਅੱਛੀ ਗੱਲ ਨਹੀਂ ਹੈਗੀ। ਤੇ ਇਸ ਕਰਕੇ ਜਿਹੜੇ ਵੀ ਮਰੀਜ਼, ਚਾਹੇ ਉਹ ਹੋਸਪਿਟਲ 'ਚ ਚਾਹੇ ਉਹ ਘਰੇ ਹੈ, ਜੇ ਉਹਨਾਂ ਨੂੰ ਸ਼ੂਗਰ ਵਧੀ ਆ, ਪਰ ਸ਼ੂਗਰ ਵੱਧਦਾ ਇੱਕ ਹੋਰ ਕਾਰਨ ਵੀ ਹੋ ਸਕਦਾ ਨਾ, ਤੁਹਾਨੂੰ ਸ਼ੂਗਰ ਕਰੋਨਾ ਹੋਇਆ, ਤੁਹਾਨੂੰ ਡਾਇਬਟੀਜ਼ ਦੇ ਮਰੀਜ਼ ਹੈਗੇ ਆ, ਇੱਕ ਤਾਂ ਖਾਣਾ ਪੀਣਾ ਤੁਹਾਡਾ ਚੇਂਜ ਹੋ ਗਿਆ, ਇੱਕ ਨੋਰਮਲੀ ਤੁਸੀਂ ਸੈਰ ਕਰਦੇ ਹੋ, ਨੋਰਮਲ ਸਰਕਮਸਟਾਂਸਿਸ ਹੁਣ ਉਹ ਸੈਰ ਨਹੀਂ ਕਰ ਸਕਦੇ, ਇਹ ਸਾਰੀ ਚੀਜ਼ਾਂ ਤੁਹਾਡੇ ਸ਼ੂਗਰ ਨੂੰ ਅਫੈਕਟ ਕਰਦੀਆਂ ਨੇ। ਸੋ ਇੱਕ ਤਾਂ ਟ੍ਰੀਟਮੈਂਟ ਕਰੋਨਾ ਦਾ ਆਪਣਾ, ਇੱਕ ਤੁਹਾਡੀ ਐਕਟੀਵਿਟੀ ਬਲੌਕ ਹੋ ਗਈ, ਇੱਕ ਤੁਹਾਡਾ ਖਾਣਾ ਪੀਣਾ ਚੇਂਜ ਹੋ ਗਿਆ, ਕਾੜੇ ਵੀ ਲੋਕੀ ਯੂਜ਼ ਕਰਦੇ ਆ, ਕਾਫੀ ਕੁਛ ਯੂਜ਼ ਕਰਦੇ ਆ, ਫਰੂਟ ਜ਼ਿਆਦਾ ਲੈਣ ਦੀ ਕੋਸ਼ਿਸ਼ ਕਰਦੇ ਆ, ਐਂਡ ਉਹਦੇ ਨਾਲ ਸ਼ੂਗਰ ਦਾ ਲੈਵਲ ਕਾਫੀ ਖਰਾਬ ਹੋ ਜਾਂਦਾ। ਸੋ ਜਦੋਂ ਵੀ ਸ਼ੂਗਰ ਦੇ ਮਰੀਜ਼ ਨੂੰ ਕਰੋਨਾ ਹੋ ਜਾਵੇ, ਉਹ ਟ੍ਰੀਟਮੈਂਟ ਦੇ ਦੌਰਾਨ ਆਪਣੀ ਬਲੱਡ ਸ਼ੂਗਰ ਵਾਰ ਵਾਰ ਚੈੱਕ ਕਰੇ, ਸਾਨੂੰ ਪਤਾ ਲੱਗ ਸਕਦਾ ਹੈ ਵੀ ਸ਼ੂਗਰ ਲੈਵਲ ਕਿਵੇਂ ਚੱਲਦਾ, ਜਿਵੇਂ ਆਕਸੀਮੀਟਰ ਨਾਲ ਅਸੀਂ ਆਕਸੀਜਨ ਲੈਵਲ ਚੈੱਕ ਕਰਦੇ ਹਾਂ, ਇਸ ਤਰ੍ਹਾਂ ਹੀ ਗਲੂਕੋਮੀਟਰ ਸਾਨੂੰ ਖਰੀਦ ਲੈਣਾ ਚਾਹੀਦਾ, ਗਲੂਕੋਮੀਟਰ ਸ਼ੂਗਰ ਚੈੱਕ ਕਰੋ, ਆਪਣੀ ਦਵਾਈ ਨੂੰ ਮੇਨਟੇਨ ਕਰੋ, ਆਪਣੇ ਡਾਕਟਰ ਨਾਲ ਗੱਲ ਕਰਕੇ ਵੀ ਕਿੰਨੀ ਦਵਾਈ ਦਿੱਤੀ ਜਾਵੇ, ਕਿੰਨੀ ਵਧਾਈ ਜਾਵੇ ਜਾਂ ਕਿੰਨੀ ਉਹਨੂੰ ਘਟਾਈ ਜਾਵੇ, ਉਹ ਡਾਕਟਰ ਤੇ ਛੱਡ ਦਿੱਤਾ ਜਾਵੇ, ਆਪਣੇ ਫਿਜ਼ੀਸ਼ੀਅਨ ਨਾਲ ਗੱਲ ਕਰਕੇ ਤੁਸੀਂ ਡੋਜ਼ ਨੂੰ ਐਡਜਸਟ ਕਰ ਸਕਦੇ ਹੋ। ਗੱਲ ਪੱਕੀ ਹੈ ਵੀ ਸ਼ੂਗਰ ਜਿਹੜੀ ਆ ਅਫੈਕਟ ਹੁੰਦੀ ਆ ਕਰੋਨਾ ਨਾਲ, ਕਰੋਨਾ ਦੀ ਟ੍ਰੀਟਮੈਂਟ ਨਾਲ। ਡਾਕਟਰ ਸਾਹਿਬ ਇੱਕ ਇਹ ਵੀ ਲੋਕਾਂ ਦੇ ਮਨ ਦੇ ਵਿੱਚ ਸਵਾਲ ਹੁੰਦਾ ਹੈ ਕਿ ਕਈ ਲੋਕ ਕਹਿੰਦੇ ਨੇ ਵੀ ਸਾਨੂੰ ਸ਼ੂਗਰ ਹੈ, ਅਸੀਂ ਕਰੋਨਾ COVID-19 ਦਾ ਜਿਹੜਾ ਵੈਕਸੀਨ ਹੈ ਉਹ ਲਵਾਈਏ ਕਿ ਨਾ ਲਵਾਈਏ ਜੀ, ਉਹਦੇ ਬਾਰੇ ਜਾਣਕਾਰੀ ਦਿਓ। ਸੱਚ ਜਾਣਿਓ ਇਹ ਗੱਲ ਮੇਰੇ ਤੋਂ ਵੀ ਹਰੇਕ ਦੂਸਰਾ ਤੀਸਰਾ ਮਰੀਜ਼ ਪੁੱਛ ਲੈਂਦਾ ਹੈਗਾ ਜੀ। ਅਗਰ ਦੇਖਿਆ ਜਾਵੇ ਤਾਂ ਜਦੋਂ ਪਹਿਲੀ ਵਾਰ ਗੌਰਮੈਂਟ ਨੇ ਟੀਕੇ ਲਾਉਣੇ ਸ਼ੁਰੂ ਕੀਤੇ, ਟੀਕਾਕਰਨ ਸ਼ੁਰੂ ਕੀਤਾ ਸੀ ਤਾਂ ਪਹਿਲਾਂ ਕਿਹਾ ਸੀਗਾ ਵੀ 60 ਸਾਲ ਤੋਂ ਉਮਰ ਤੋਂ ਜ਼ਿਆਦਾ ਦੀ ਉਮਰ ਤੇ ਜਿਹਨਾਂ ਨੂੰ ਕੋਈ ਕੋਮੋਵਰਡ ਕੰਡੀਸ਼ਨ ਆ, ਉਹ ਡਾਇਬਟੀਜ਼ ਪਹਿਲਾਂ ਸੀ ਜੀ ਜੀ। ਤਾਂ ਸ਼ੂਗਰ ਵਾਲੇ ਮਰੀਜ਼ ਨੂੰ ਤਾਂ ਬਿਨਾਂ ਪੁੱਛੇ ਟੀਕਾ ਤਾਂ ਲਵਾਉਣਾ ਚਾਹੀਦਾ ਹੈ, ਵੈਕਸੀਨੇਸ਼ਨ ਕਰਾਉਣੀ ਚਾਹੀਦੀ ਆ, ਬਚਣਾ ਚਾਹੀਦਾ ਹੈ, ਮਹਾਂਮਾਰੀ ਤੋਂ ਬਚੋ ਤੇ ਅੱਗੇ ਨਾ ਫੈਲੇ, ਆਪਾਂ ਵੀ ਬਚ ਜਾਈਏ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਕਈ ਮਰੀਜ਼ ਇਹ ਸਵਾਲ ਕਰਦੇ ਆ ਵੀ ਕਿਹੜਾ ਟੀਕਾ ਲਾਈਏ ਡਾਕਟਰ ਸਾਹਿਬ, ਆ ਫਲਾਨਾ ਟੀਕਾ ਫਲਾਨਾ ਟੀਕਾ, ਮੇਰਾ ਜਵਾਬ ਸਿਰਫ ਇਹ ਹੁੰਦਾ ਜਿਹੜਾ ਅਵੇਲੇਬਲ ਆ ਉਹ ਤਾਂ ਲਵਾਉਣਾ ਆ,
ਅਸੀਂ ਕਿਉਂ ਕਿਹੜੀ ਦੁਬਿਧਾ ਚ ਫਸੇ ਆ, ਉਹ ਸਾਰਾ ਕੁਛ ਕਿਹਦਾ ਕਿੰਨਾ ਅਸਰ ਆ, ਕਿਹਦਾ ਕਿੰਨਾ ਅਸਰ ਆ, ਉਹ ਮੈਡੀਕਲ ਬੰਦਿਆਂ ਤੇ ਛੱਡ ਦਈਏ। ਪਰ ਜਿਹੜੇ ਕੋਲ ਸਾਡੇ ਕੋਲ ਅਵੇਲੇਬਲ ਆ, ਜਿਵੇਂ ਕਿ ਤੁਹਾਨੂੰ ਪਤਾ ਹੈ ਕਈ ਵਾਰ ਸ਼ਾਰਟੇਜ ਹੋ ਗਈ, ਟੀਕੇ ਦੀ ਸ਼ਾਰਟੇਜ ਚੱਲ ਰਹੀ ਹੈ, ਕੁਛ ਵੀ ਚੱਲ ਰਿਹਾ, ਅਸੀਂ ਕਿਸੇ ਹੋਰ ਦੀ ਵੇਟ ਕਰਦੇ ਕਰਦੇ ਫਲਾਣਾ ਟੀਕਾ ਉਹ ਤਾਂ ਮੈਂ ਲਵਾਓ, ਉਹਦੇ ਨਾਲ ਬੈਟਰ ਹੈ ਜੋ ਅਵੇਲੇਬਲ ਹੈ ਉਸ ਟੀਕਾ ਲਵਾਇਆ ਜਾਵੇ ਤੇ ਆਪਾਂ ਨੂੰ ਬਚਾਓ ਹੀ ਸਭ ਨਾਲ ਵਧੀਆ ਤਰੀਕਾ ਹੈਗਾ। Thanks for watching. Please like, comment, subscribe and ring bell for notification of latest updates. ਹਰ ਪੇਸ਼ੈਂਟ ਦੇ ਮਨ ਦੇ ਵਿੱਚ ਇਹ ਖਿਆਲ ਹੁੰਦਾ ਕਿ ਸਾਨੂੰ ਸ਼ੂਗਰ ਹੈ, ਅਸੀਂ ਕੀ ਖਾਈਏ ਕੀ ਨਾ ਖਾਈਏ, ਪਲੀਜ਼ ਉਹਨਾਂ ਨੂੰ ਥੋੜਾ ਜਿਹਾ ਦੱਸੋ ਵੀ ਉਹਨਾਂ ਨੂੰ ਕੀ ਪਰਹੇਜ਼ ਰੱਖਣਾ ਚਾਹੀਦਾ ਤੇ ਕਿਵੇਂ ਆਪਣੀ ਮੇਨਟੇਨ ਸ਼ੂਗਰ ਕਰ ਸਕਦੇ ਨੇ। ਦੇਖੋ ਐਸ ਸੱਚ ਸ਼ੂਗਰ ਵਾਲੇ ਮਰੀਜ਼ਾਂ ਨੂੰ ਜੋ ਪ੍ਰੀਕੋਸ਼ਨ ਪਹਿਲਾਂ ਐਡਵਾਈਸ ਕੀਤੀਆਂ ਜਾਂਦੀਆਂ, ਜਿਵੇਂ ਮਿੱਠਾ ਨਹੀਂ ਲੈਣਾ, ਬਾਜ਼ਾਰ ਤਲੀ ਚੀਜ਼ ਨਹੀਂ ਖਾਣੀ, ਹੈ ਨਾ, ਤੇ ਡਾਇਟ ਵੀ ਆਪਣੀ ਉਸ ਤਰ੍ਹਾਂ ਹੀ ਰੱਖਣੀ ਹੈ ਜਿਹਦੇ ਵਿੱਚ ਜ਼ਿਆਦਾ ਮਿੱਠਾ ਨਾ ਹੋਵੇ, ਉਹ ਤਾਂ ਉਸ ਤਰ੍ਹਾਂ ਹੀ ਸਟੈਂਡ ਕਰਦੀਆਂ ਨੇ। ਪਰ ਕਈ ਵਾਰ ਹੁੰਦਾ ਹੈਗਾ ਵੀ ਕਰੋਨਾ ਦੀ ਵਜ੍ਹਾ ਕਰਕੇ ਤੁਹਾਡੀ ਭੁੱਖ ਮਰ ਗਈ ਹੈ, ਕਰੋਨਾ ਦੀ ਵਜ੍ਹਾ ਕਰਕੇ ਜੋ ਤੁਸੀਂ ਬਿਮਾਰ ਹੋ ਜਾਂਦੇ ਹੋ ਜਾਂ ਕੁਛ ਖਾਣ ਨੂੰ ਦਿਲ ਕਰਦਾ, ਤੁਸੀਂ ਸਿਲੈਕਟਿਵ ਚੀਜ਼ਾਂ ਖਾਣਾ। ਤਾਂ ਮੇਰੀ ਰਾਏ ਇਹੀ ਰਹੇਗੀ, ਮੇਰਾ ਸਲਾਹ ਵੀ ਇਹੀ ਰਹੇਗੀ ਵੀ ਜ਼ਿਆਦਾ ਸ਼ੂਗਰ ਵਾਲੀ ਚੀਜ਼ਾਂ ਜਿਸ 'ਚ ਮਿੱਠਾ ਪਾਇਆ ਹੋਇਆ, ਜਿਵੇਂ ਫੋਰ ਐਗਜ਼ਾਮਪਲ ਆ ਕਾੜੇ 'ਚ ਕੁਛ ਐਸਾ ਮਿੱਠਾ ਨਾ ਪਾਇਆ ਜਾਵੇ, ਜ਼ਿਆਦਾ ਮਿੱਠੇ ਆਪਾਂ ਕੋਲਡ ਡਰਿੰਕ ਲੈ ਲੈਂਦੇ ਹਾਂ ਜ਼ਿਆਦਾ ਮਿੱਠੇ ਵਾਲੇ, ਜਿਵੇਂ ਕੋਲਡ ਡਰਿੰਕ ਕੋਕਾ ਕੋਲ ਹੋ ਗਿਆ, ਪੈਪਸੀ ਕੋਲ, ਇਹ ਸਾਰਾ ਕੁਛ ਜੂਸ ਹੋ ਗਿਆ, ਜੂਸ ਨੂੰ ਆਪਾਂ ਫਰੂਟ ਨੂੰ ਲੈ ਲਈਏ ਐਂਡ ਉਹਦੀ ਵੀ ਮਿਕਦਾਰ ਜਿਹੜੀ ਹੈ ਇਸ ਤਰ੍ਹਾਂ ਨਹੀਂ ਹੈ ਸਾਰਾ ਦਿਨ ਫਰੂਟ 'ਤੇ ਰਵਾਂਗੇ, ਸ਼ੂਗਰ ਬੱਚਾ ਨਹੀਂ ਹੈ। ਤਾਂ ਸ਼ੂਗਰ ਨੂੰ ਆਪਾਂ ਕੰਟਰੋਲ 'ਚ ਰੱਖਣਾ ਹੈਗਾ ਇੱਕ ਗੱਲ, ਨੰਬਰ 2 ਸ਼ੂਗਰ ਨੂੰ ਵਾਰ ਵਾਰ ਨਾਪਣਾ ਹੈਗਾ ਜੋ ਤੁਸੀਂ ਬਿਮਾਰ ਹੁੰਦੇ ਹੋ, ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਦਵਾਈਆਂ ਖੁਦ ਸ਼ੂਗਰ ਨੂੰ ਵਧਾ ਦਿੰਦੀਆਂ, ਨੈਚੁਰਲੀ ਵੀ ਸ਼ੂਗਰ ਜੇ ਦਵਾਈਆਂ ਨਹੀਂ ਲਿੱਤੀਆਂ, ਮੰਨ ਲਓ ਘਰੇ ਅਸੀਂ ਬੈਠੇ ਹਾਂ ਆਪਣੇ ਕਮਰੇ 'ਚ ਬੈਠ ਗਏ ਕਿਸੇ ਵਜ੍ਹਾ ਕਰਕੇ ਆਈਸੋਲੇਸ਼ਨ ਕਰਕੇ, ਮੇਰੇ ਬ੍ਰਦਰ ਨੂੰ, ਮੇਰੀ ਸਿਸਟਰ ਨੂੰ ਜਾਂ ਮੇਰੇ ਮਾਂ ਬਾਪ ਨੂੰ ਕੋਵਿਡ ਹੋਇਆ ਜਾਂ ਬੱਚੇ ਨੂੰ ਕੋਵਿਡ ਆਇਆ, ਤੁਸੀਂ ਕਮਰੇ 'ਚ ਬੈਠ ਜਾਓਗੇ ਸ਼ੂਗਰ ਲੈਵਲ ਤਾਂ ਵੀ ਤਾਂ ਵੱਧ ਜਾਂਦਾ ਇਨਐਕਟੀਵਿਟੀ ਕਰਕੇ। ਸੋ ਆਪਾਂ ਉਹਨਾਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਹੈਗਾ, ਸ਼ੂਗਰ ਨੂੰ ਕੰਟਰੋਲ ਰੱਖਣਾ ਹੈਗਾ ਐਂਡ ਸ਼ੂਗਰ ਨੂੰ ਕੰਟਰੋਲ ਤਾਂ ਰੱਖਾਂਗੇ ਜੇ ਆਪਾਂ ਨੂੰ ਪਤਾ ਹੋਊਗਾ, ਉਹਨਾਂ ਨੂੰ ਟੈਸਟ ਕਰਾਂਗੇ, ਟੈਸਟ ਕਰਨਾ ਚਾਹੀਦਾ ਵਾਰ ਵਾਰ ਐਂਡ ਉਸ ਹਿਸਾਬ ਨਾਲ ਸ਼ੂਗਰ ਨੂੰ ਮੇਨਟੇਨ ਕਰਨਾ ਪੈਂਦਾ। ਸੋ ਇਹ ਸੀਗੇ ਡਾਕਟਰ ਪਰਮਿੰਦਰ ਸਿੰਘ ਜੀ, ਜਿਨ੍ਹਾਂ ਨੇ ਬਹੁਤ ਵਧੀਆ ਤੁਹਾਨੂੰ ਜਾਣਕਾਰੀ ਦਿੱਤੀ ਹੈ ਜੀ, ਉਮੀਦ ਕਰਦੇ ਹਾਂ ਤੁਹਾਨੂੰ ਇਸ ਜਾਣਕਾਰੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੀ। ਸੋ ਆਪਾਂ ਡਾਕਟਰ ਸਾਹਿਬ ਤੋਂ ਜਾਂਦੇ ਜਾਂਦੇ ਆਪਣੇ ਤੁਹਾਡੇ ਵਾਸਤੇ ਇੱਕ ਸੰਦੇਸ਼ ਲੈ ਲੈਂਦੇ ਹਾਂ ਕਿ ਸ਼ੂਗਰ ਵਾਲੇ ਪੇਸ਼ੈਂਟਾਂ ਵਾਸਤੇ ਜਾਂ ਕੋਵਿਡ-19 ਪੇਸ਼ੈਂਟ ਵਾਸਤੇ ਡਾਕਟਰ ਸਾਹਿਬ ਦਾ ਕੀ ਸੰਦੇਸ਼ ਹੈ ਜੀ? ਦੇਖੋ ਪਹਿਲਾਂ ਤਾਂ ਸਭ ਨਾਲ ਬਚਾਓ ਹੈ ਜੀ। ਬਚਾਓ ਵਿੱਚ ਕੀ ਹੈ, ਅਸੀਂ ਡਿਸਟੈਂਸ ਬਣਾ ਕੇ ਰੱਖੀਏ, ਦੂਰੀ ਰੱਖੀਏ, 2 ਗਜ਼ ਦੀ ਦੂਰੀ ਜਿਵੇਂ ਕਹਿੰਦੇ ਹਾਂ, ਆਪਣੇ ਮਾਸਕ ਜ਼ਰੂਰ ਪਾਈਏ, ਕਿਸੇ ਨੂੰ ਮਿਲਦੇ ਹਾਂ ਮੰਨ ਕੇ ਚੱਲੋ ਵੀ ਉਹਨੂੰ ਕੋਵਿਡ ਹੈ। ਤਾਂ ਉਸ ਤੋਂ ਕਿਵੇਂ ਬਚਿਆ ਜਾ ਸਕਦਾ, ਜੇ ਮਾਸਕ ਤੁਸੀਂ ਪਾਇਆ ਜੇ ਉਸਨੇ ਪਾਇਆ ਐਂਡ ਕੋਸ਼ਿਸ਼ ਕਰੋ ਵੀ ਇਹ ਨੂੰ ਲਾਜ਼ਮੀ ਕਰ ਦਿਓ, ਕਿਸੇ ਨੂੰ ਮਿਲਦੇ ਹੋ ਬਗੈਰ ਮਾਸਕ ਤੋਂ ਨਾ ਮਿਲੋ, ਤਾਂ ਹੀ ਇਹ ਬਚਾ ਸਕਦਾ। ਨੰਬਰ 2 ਵੈਕਸੀਨੇਸ਼ਨ ਜ਼ਰੂਰ ਕਰਵਾਓ, ਇਹੀ ਇੱਕ ਸਾਧਨ ਹੈ ਜਿਹਦੇ ਨਾਲ ਅਸੀਂ ਲੰਬਾ ਟਾਈਮ ਲਈ ਪ੍ਰੋਬਬਲੀ ਅਸੀਂ ਅਗਲੀ ਵੇਵ ਨੂੰ ਰੋਕ ਪਾਵਾਂਗੇ। ਜੇ ਵੈਕਸੀਨੇਸ਼ਨ ਨਹੀਂ ਹੈ ਤਾਂ ਆਪਾਂ ਨੂੰ ਅਗਲੀ ਵੇਵ ਲਈ ਵੀ ਤਿਆਰ ਹੋ ਜਾਣਾ ਪੈਣਾ। ਨੰਬਰ 3 ਜੇ ਤੁਹਾਨੂੰ ਖੁਦਾ ਨਾ ਖਾਸਤਾ ਕੋਵਿਡ ਹੋ ਗਿਆ ਤਾਂ ਡਾਕਟਰ ਕੋਲ ਜਾਓ, ਜੋ ਕੁਛ ਡਾਕਟਰ ਤੁਹਾਡੇ ਲਈ, ਅਸੀਂ ਕਹਿੰਦੇ ਹੁੰਦੇ ਹਾਂ ਆਕਸੀਜਨ ਸੈਚੂਰੇਸ਼ਨ ਇਜ਼ ਪ੍ਰਾਈਮ, ਆਕਸੀਜਨ ਸੈਚੂਰੇਸ਼ਨ ਅਗਰ ਫਾਲ ਕਰਦੀ ਹੈ 94 ਅਸੀਂ ਕੱਟ ਆਫ ਰੱਖਦੇ ਹੈਗੇ ਤਾਂ ਹੋਸਪਿਟਲਾਈਜ਼ ਹੋ ਜਾਓ। ਜੇ ਲੈ ਠੀਕ ਠਾਕ ਹੈਗੇ ਹੋ ਤਾਂ ਘਰੇ ਬੈਠੋ, ਡਾਕਟਰ ਦੇ ਕੰਟੈਕਟ 'ਚ ਰਹੋ, ਆਪਣਾ ਐਕਸਰਸਾਈਜ਼ ਕਰੋ, ਅਲੋਮ ਵਿਲੋਮ ਜੋ ਵੀ ਐਕਸਰਸਾਈਜ਼ ਹੈਗੇ ਨੇ, ਯੋਗਾ ਐਕਸਰਸਾਈਜ਼ ਜਾਂ ਪ੍ਰੋਨਿੰਗ ਕਰਕੇ ਆਪਾਂ ਆਕਸੀਜਨ ਸੈਚੂਰੇਸ਼ਨ ਲਈ ਕਾਫੀ ਐਕਸਰਸਾਈਜ਼ ਆ, ਤੁਸੀਂ ਵੀਡੀਓ 'ਤੇ ਦੇਖ ਪਾਓਗੇ, ਹੋਰ ਵੀਡੀਓ ਬਹੁਤ ਸਾਰੇ ਨੇ ਯੂਟਿਊਬ 'ਤੇ ਤੁਸੀਂ ਦੇਖ ਪਾਓਗੇ। ਸੋ ਆਪਾਂ ਨੂੰ ਇਹ ਕਰਨਾ ਚਾਹੀਦਾ ਐਂਡ ਆਪਣਾ ਖਾਣਾ ਪੀਣਾ ਠੀਕ ਰੱਖਣਾ ਚਾਹੀਦਾ, ਲਿਕੁਇਡ ਖੂਬ ਸਾਰੇ ਲੈਣੇ ਚਾਹੀਦੇ ਹੈ ਐਂਡ ਇਹੀ ਕੰਮ ਕਰਕੇ ਮੇਰੇ ਖਿਆਲ ਅਸੀਂ ਸਾਰੇ ਬਾਹਰ ਨਿਕਲ ਆਵਾਂਗੇ। ਹਾਂ, ਜੇ ਆਪਾਂ ਬਚਾਵਾਂਗੇ ਆਪਣੇ ਆਪ ਨੂੰ ਤਾਂ ਇੱਕ ਚੰਗੀ ਸੋਸਾਇਟੀ ਬਣ ਜਾਏਗੀ, ਆਪਣਾ ਵਰਕਲੋਡ ਘੱਟ ਜਾਏਗਾ, ਹੈਲਥ ਪ੍ਰੋਫੈਸ਼ਨਲ 'ਤੇ ਵਰਕਲੋਡ ਘੱਟ ਜਾਏਗਾ, ਹਸਪਤਾਲਾਂ 'ਤੇ ਵਰਕਲੋਡ ਘੱਟ ਜਾਏਗਾ। ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਵੀ ਵੈਕਸੀਨੇਟ ਜ਼ਰੂਰ ਹੋਵੋ ਐਂਡ ਹੌਸਲਾ ਰੱਖੋ, ਅਸੀਂ ਇਹ ਜੰਗ ਜਿੱਤ ਲੈਣੀ ਆ, ਜਿੱਤਾਂਗੇ ਅਤੇ ਜਿੱਤ ਵੀ ਲੈਣੀ ਆ। ਸੋ ਇਹ ਸੀਗੇ ਡਾਕਟਰ ਪਰਮਿੰਦਰ ਸਿੰਘ ਜੀ, ਜਿਨ੍ਹਾਂ ਨੇ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏਗੀ। ਇਸੇ ਤਰ੍ਹਾਂ ਦੀਆਂ ਵੀਡੀਓ ਅਸੀਂ ਤੁਹਾਡੇ ਨਾਲ ਹਾਜ਼ਰ ਕਰਦੇ ਰਹਾਂਗੇ, ਲੈ ਕੇ ਆਵਾਂਗੇ ਹੈਲਥ ਦੇ ਨਾਲ ਰਿਲੇਟਿਡ ਜੋ ਵੀ ਨੇ।
ਸਾਡਾ ਚੈਨਲ ਹੈ ਜੀ ਸੀਬੀਆ ਹਾਰਟ ਸੈਂਟਰ ਦੇ ਨਾਮ ਤੇ ਪਲੀਜ਼ ਉਹਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਲੇਟੈਸਟ ਵੀਡੀਓ ਜਿਹੜੀ ਹੈ ਉਹਦੀ ਇਨਫੋਰਮੇਸ਼ਨ ਪਹਿਲਾਂ ਮਿਲ ਸਕੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਟਾਈਮ ਕੱਢਿਆ ਸਤਿ ਸ਼੍ਰੀ ਅਕਾਲ Thanks for watching. Please like, comment, subscribe and ring bell for notification of latest updates.